Good morning students, I am Anish Bansal, I am your business study lecturer. The students, aaj da apna topic hai social responsibility towards different interest groups. A+1 commerce the class hai, business study the class hai, te ede vich 6th chapter chal raha hai, theek hai. Te is to pehla jada topic hai tusi meri playlist ja ke dekh sakde ho, theek hai. Apna aaj da topic hai social responsibility towards different interest groups. ਕਹਿੰਦੇ ਸੋਸ਼ਲ ਰਿਸਪੋਂਸੀਬਿਲਟੀ ਕੀ ਹੈ ਕਿ ਅਲੱਗ ਅਲੱਗ ਡਿਫਰੈਂਟ ਇੰਟਰਸਟ ਗਰੁੱਪ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਰਿਸਪੋਂਸੀਬਿਲਟੀ ਆਪਾਂ ਕੰਜ਼ੂਮਰ ਦੇ ਪ੍ਰਤੀ ਹੈ ਰਿਸਪੋਂਸੀਬਿਲਟੀ ਟੂਵਾਰਡਸ ਕੰਜ਼ੂਮਰ ਕਿਵੇਂ ਕੀ ਕੰਜ਼ੂਮ ਆਪਣਾ ਬਿਜ਼ਨਸ ਕਰ ਰਿਹਾ ਤਾਂ ਕੰਜ਼ੂਮਰ ਦੇ ਪ੍ਰਤੀ ਆਪਣੀ ਕੀ ਜ਼ਿੰਮੇਵਾਰੀਆਂ ਨੇ ਪਹਿਲਾਂ ਤਾਂ ਦੇਖੋ ਉਹਨਾਂ ਨੂੰ ਕੁਆਲਿਟੀ ਵਧੀਆ ਦੇਣਾ ਪਹਿਲਾ ਪੁਆਇੰਟ ਤਾਂ ਯੈਸ ਦੂਸਰਾ ਪੁਆਇੰਟ ਹੈ ਕਿ ਉਹਨਾਂ ਨੂੰ ਰੈਗੂਲਰ ਗੁੱਡਸ ਐਂਡ ਸਰਵਿਸਿਜ਼ ਦੀ ਸਪਲਾਈ ਕਰਨਾ ਪਹੁੰਚਾਉਣਾ ਉਹਨਾਂ ਕੋਲ ਗੁੱਡਸ ਫਿਰ ਉਹਨਾਂ ਨੂੰ ਕਸਟਮਰ ਨੂੰ ਐਜੂਕੇਟ ਕਰਨਾ ਮਤਲਬ ਉਹਨਾਂ ਨੂੰ ਦੱਸ ਜਾਗਰੂਕ ਕਰਨਾ ਕਿ ਆਹ ਪ੍ਰੋਡਕਟ ਕਿਸ ਤਰੀਕੇ ਨਾਲ ਯੂਜ਼ ਹੁੰਦਾ ਕੀ ਇਹਦੇ ਫਾਇਦੇ ਨੇ ਨੁਕਸਾਨ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਐਡਵਰਟਾਈਜ਼ਮੈਂਟ ਕਰ ਰਹੇ ਹੋ ਉਹ ਬਿਲਕੁਲ ਟਰੂ ਹੋਣੀ ਚਾਹੀਦੀ ਆ ਅਤੇ ਬਿਲਕੁਲ ਫੇਅਰ ਹੋਣੀ ਚਾਹੀਦੀ ਆ ਮਤਲਬ ਐਵੇਂ ਨਹੀਂ ਹੈਗਾ ਕਿ ਕਿਸੇ ਨਾਲ ਵੀ ਤੁਸੀਂ ਅਨਫੇਅਰ ਤਰੀਕੇ ਨਾਲ ਟ੍ਰੇਡ ਕਰ ਰਹੇ ਹੋ ਵਪਾਰ ਕਰ ਰਹੇ ਹੋ ਠੀਕ ਹੈ ਅਤੇ ਜੇਕਰ ਮੰਨ ਲਓ ਤੁਸੀਂ ਕੋਈ ਮੰਨ ਲਓ ਕੰਜ਼ੂਮਰ ਪ੍ਰਤੀ ਇਹ ਵੀ ਹੈ ਜੇਕਰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਕੰਪਲੇਂਟ ਕਰਨ ਦਾ ਅਧਿਕਾਰ ਹੈਗਾ ਅਤੇ ਬਾਕੀ ਉਹ ਨਵੇਂ ਡਿਜ਼ਾਇਨ ਦੇ ਡਿਵੈਲਪਮੈਂਟ ਦੀ ਜਿਹੜੀ ਵੀ ਉਹਨਾਂ ਨੂੰ ਨੀਡ ਹੁੰਦੀ ਹੈ ਨਵੇਂ ਡਿਜ਼ਾਇਨ ਦੀ ਉਹਨਾਂ ਦੇ ਮਾਇੰਡ ਦੇ ਵਿੱਚ ਆਉਂਦੀ ਹੈ ਤਾਂ ਕਸਟਮਰ ਨੂੰ ਉਹ ਪ੍ਰੋਵਾਈਡ ਕਰਵਾਉਣੀ ਚਾਹੀਦੀ ਹੈ ਤਾਂ ਤੁਹਾਨੂੰ ਕਲੀਅਰ ਹੋਗਾ ਸਾਰਿਆਂ ਨੂੰ ਸਟੂਡੈਂਟਸ ਰਿਸਪੋਂਸੀਬਿਲਟੀ ਕੀ ਹੈ ਟੂਵਰਡਸ ਕਸਟਮਰ ਕੰਜ਼ੂਮਰ ਦੀ ਅੱਗੇ ਦੇਖੋ ਟੂਵਰਡਸ ਇੰਪਲੋਈ ਰਿਸਪੋਂਸੀਬਿਲਟੀ ਇੰਪਲੋਈ ਦੇ ਪ੍ਰਤੀ ਕਿਹੜੀ ਕਿਹੜੀਆਂ ਨੇ ਕਹਿੰਦੇ ਉਹਨਾਂ ਨੂੰ ਫੇਅਰ ਕੰਪਨਸੇਸ਼ਨ ਦੇਣਾ ਚਾਹੀਦਾ ਇੰਪਲੋਈ ਜਿਹੜਾ ਆਪਣੇ ਬਿਜ਼ਨਸ 'ਚ ਕੰਮ ਕਰਦੇ ਨੇ ਉਹਨਾਂ ਨੂੰ ਕੰਪਨਸੇਸ਼ਨ ਦੇਣਾ ਚਾਹੀਦਾ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਨੂੰ ਸੈਲਰੀ ਕੰਪਨਸੇਸ਼ਨ ਜਿਹੜਾ ਵੀ ਉਹ ਕੰਮ ਕਰ ਰਹੇ ਨੇ ਉਹਨਾਂ ਜਿੰਨਾ ਕੰਮ ਕਰ ਰਹੇ ਉਨੀ ਤਨਖਾਹ ਗੁੱਡ ਇਨਵਾਇਰਮੈਂਟ ਕੰਡੀਸ਼ਨ ਹੋਣੀ ਚਾਹੀਦੀ ਹੈ ਅਤੇ ਕਿ ਉਹਨਾਂ ਨੂੰ ਓਪਰਚੁਨਿਟੀ ਦਿਓ ਕਿ ਗਰੋਥ ਅਤੇ ਡਿਵੈਲਪਮੈਂਟ ਉਹ ਆਪਣੇ ਬਿਜ਼ਨਸ 'ਚ ਉਹ ਗਰੋ ਕਰ ਸਕਣ ਆਪਣੇ ਆਪ ਨੂੰ ਉੱਚਾ ਉਠਾ ਸਕਣ ਉਹਨਾਂ ਦੇ ਵਿੱਚ ਡਿਵੈਲਪ ਕਰਨੀ ਚਾਹੀਦੀ ਹੈ ਬਿਲੋਂਗਿੰਗਨੈਸ ਅਤੇ ਉਹਨਾਂ ਨੂੰ ਹੋਰ ਕਿਹੜੇ ਕਿਹੜੇ ਇਨਸੈਂਟਿਵਸ ਦੇਣੇ ਚਾਹੀਦੇ ਨੇ ਜਿਵੇਂ ਹਾਊਸਿੰਗ ਮੈਡੀਕਲ ਇੰਸ਼ੋਰੈਂਸ ਰਿਟਾਇਰਮੈਂਟ ਬੈਨੀਫਿਟ ਇਹ ਸਾਰੇ ਇਹਨਾਂ ਨੂੰ ਕੀ ਦੇਣੇ ਚਾਹੀਦੇ ਨੇਗੇ ਬੈਨੀਫਿਟਸ ਦੇਣੇ ਚਾਹੀਦੇ ਨੇਗੇ ਜਿਹੜੀ ਰਿਸਪੋਂਸੀਬਿਲਟੀ ਹੁੰਦੀ ਹੈ ਟੂਵਰਡਸ ਇੰਪਲੋਈ ਦੇ ਪ੍ਰਤੀ ਅੱਗੇ ਦੇਖਦੇ ਹਾਂ ਨੈਕਸਟ ਦੇਖੋ ਸਟੂਡੈਂਟਸ ਰਿਸਪੋਂਸੀਬਿਲਟੀ ਟੂਵਰਡਸ ਦਾ ਓਨਰ ਐਂਡ ਸ਼ੇਅਰ ਹੋਲਡਰ ਇਨਵੈਸਟਰ ਕਹਿੰਦੇ ਆਪਣੇ ਹੁਣ ਬਿਜ਼ਨਸ ਦੇ ਵਿੱਚ ਜਿਹੜੇ ਓਨਰ ਹੈ ਜਾਂ ਸ਼ੇਅਰ ਹੋਲਡਰ ਇਨਵੈਸਟਰ ਹੈ ਹੁਣ ਜਿਨ੍ਹਾਂ ਨੇ ਪੈਸਾ ਆਪਣੇ ਬਿਜ਼ਨਸ 'ਚ ਇਨਵੈਸਟ ਕੀਤਾ ਹੁੰਦਾ ਉਹ ਓਨਰ ਅਤੇ ਸ਼ੇਅਰ ਹੋਲਡਰ ਜਾਂ ਇਨਵੈਸਟਰ ਹੁੰਦੇ ਨੇ ਜਿਹੜੇ ਬਿਜ਼ਨਸ 'ਚ ਆਪਣੇ ਬਿਜ਼ਨਸ 'ਚ ਆਪਣੀ ਕੰਪਨੀ 'ਚ ਲੋਕ ਜਿਹੜਾ ਪੈਸਾ ਇਨਵੈਸਟ ਕਰਦੇ ਨੇ ਉਹ ਆਪਣੇ ਬਿਜ਼ਨਸ ਦੇ ਓਨਰ ਹੁੰਦੇ ਨੇ ਸ਼ੇਅਰ ਹੋਲਡਰ ਹੁੰਦੇ ਨੇ ਅਤੇ ਉਹ ਇਨਵੈਸਟਰ ਹੁੰਦੇ ਨੇ ਉਹਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਕੀ ਹੈ ਉਹਨਾਂ ਦੀ ਜਿਹੜੀ ਉਹਨਾਂ ਨੇ ਜਿਹੜਾ ਇਨਵੈਸਟਮੈਂਟ ਕੀਤਾ ਉਹਨੂੰ ਸੇਫਲੀ ਰੱਖਿਆ ਜਾਵੇ ਉਹਨਾਂ ਨੂੰ ਟਾਈਮ ਟੂ ਟਾਈਮ ਰਿਟਰਨ ਮਤਲਬ ਵਿਆਜ ਦਿੱਤਾ ਜਾਵੇ ਉਹਨਾਂ ਨੂੰ ਕੰਪਲੀਟ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਵੇ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਚੱਲ ਰਹੀ ਹੈ ਉਹਨਾਂ ਨੂੰ ਪ੍ਰੋਪਰ ਯੂਟੀਲਾਈਜੇਸ਼ ਜਿਹੜੇ ਰਿਸੋਰਸਿਸ ਨੇ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਲਗਾਈ ਹੈ ਉਹਨਾਂ ਨੇ ਉਹਨਾਂ ਦੀ ਪ੍ਰੋਪਰ ਯੂਟੀਲਾਈਜੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਪੈਸਿਆਂ ਦਾ ਸਹੀ ਯੂਜ਼ ਹੋਣਾ ਚਾਹੀਦਾ ਹੈ ਠੀਕ ਹੈ ਡਿਸੀਜ਼ਨ ਮੇਕਿੰਗ ਵਾਸਤੇ ਉਹਨਾਂ ਦੀ ਪਾਰਟੀਸਪੇਸ਼ਨ ਹੋਣੀ ਜ਼ਰੂਰੀ ਹੈ ਦੇਖੋ ਜਿਹੜਾ ਲੋਕ ਆਪਾਂ ਕੰਪਨੀ 'ਚ ਕਿਤੇ ਪੈਸਾ ਲਗਾਉਂਦੇ ਹਾਂ ਆਪਾਂ ਓਨਰ ਹੁੰਦੇ ਹਾਂ ਸ਼ੇਅਰ ਹੋਲਡਰ ਹੁੰਦੇ ਹਾਂ ਇਨਵੈਸਟਰ ਹੁੰਦੇ ਹਾਂ ਆਪਣਾ ਜਿਹੜਾ ਆਪਾਂ ਜਿਹੜਾ ਪੈਸਾ ਲਗਾਉਂਦੇ ਹਾਂ ਕੰਪਨੀ ਦੀ ਪ੍ਰਤੀ ਜ਼ਿੰਮੇਦਾਰੀ ਹੈ ਕੰਪਨੀ ਉਹਨਾਂ ਦਾ ਪੈਸਾ ਕੀ ਕਰਕੇ ਰੱਖੇ ਸੇਫ ਕਰਕੇ ਰੱਖੇ ਉਹਨਾਂ ਨੂੰ ਟਾਈਮ ਟੂ ਟਾਈਮ ਵਿਆਜ ਦੇਵੇ ਉਹਨਾਂ ਨੂੰ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਬਾਰੇ ਸਹੀ ਇਨਫੋਰਮੇਸ਼ਨ ਦੇਵੇ ਉਹਨਾਂ ਦੇ ਜਿਹੜੇ ਇਨਵੈਸਟਮੈਂਟ ਆ ਉਹਨਾਂ ਦਾ ਪ੍ਰੋਪਰ ਯੂਟੀਲਾਈਜੇਸ਼ਨ ਕੀਤਾ ਜਾਵੇ ਅਤੇ ਉਹਨਾਂ ਨੂੰ ਕੀ ਹੈ ਉਹਨਾਂ ਦੀ ਡਿਸੀਜ਼ਨ ਮੇਕਿੰਗ ਹੋਵੇ ਜਿਹੜੀ ਵੀ ਪਾਰਟੀਸਪੇਸ਼ਨ ਕਰ ਸਕਣ ਕੋਈ ਵੀ ਫੈਸਲੇ ਲੈ ਸਕਣ ਹਾਂ ਵੀ ਇਹ ਕੰਮ ਨੂੰ ਇਸ ਤਰੀਕੇ ਨਾਲ ਉਹਨਾਂ ਦੀ ਪਾਰਟੀਸਪੇਸ਼ਨ ਹੋਣੀ ਜ਼ਰੂਰੀ ਹੈ ਮਤਲਬ ਵੋਟ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਅੱਗੇ ਆ ਜਾਂਦਾ ਰਿਸਪੋਂਸੀਬਿਲਟੀ ਟੂਵਰਡਸ ਦਾ ਗਵਰਨਮੈਂਟ ਹੁਣ ਆਪਣੀ ਬਿਜ਼ਨਸਮੈਨ ਦੀ ਗਵਰਨਮੈਂਟ ਦਾ ਪ੍ਰਤੀ ਕੀ ਰਿਸਪੋਂਸੀਬਿਲਟੀਆਂ ਨੇ ਕਿ ਆਪਾਂ ਨੂੰ ਉਹਨਾਂ ਦੇ ਰੂਲ ਐਂਡ ਰੈਗੂਲੇਸ਼ਨ ਮੰਨਣੇ ਚਾਹੀਦੇ ਨੇ ਆਪਾਂ ਨੂੰ ਟੈਕਸ ਟਾਈਮ ਟੂ ਟਾਈਮ ਗਵਰਨਮੈਂਟ ਨੂੰ ਪੇ ਕਰਨਾ ਚਾਹੀਦਾ ਆਪਾਂ ਨੂੰ ਸੋਸ਼ਲ ਪ੍ਰੋਬਲਮ ਨੂੰ ਸੋਲਵ ਕਰਨਾ ਚਾਹੀਦਾ ਜਿਹੜੇ ਵੀ ਆ ਬਿਜ਼ਨਸਮੈਨ ਪ੍ਰਤੀ ਫੇਅਰ ਡੀਲਿੰਗ ਕਰਨੀ ਚਾਹੀਦੀ ਹੈ ਮਤਲਬ ਕੋਈ ਐਵੇਂ ਨਹੀਂ ਹੋਣਾ ਚਾਹੀਦਾ ਕਿ ਫੇਅਰ ਡੀਲਿੰਗ ਕਰਨੀ ਚਾਹੀਦੀ ਹੈ ਕਿਸੇ ਨਾਲ ਵੀ ਜੇਕਰ ਕਰ ਰਹੇ ਹੋ ਤਾਂ ਅੱਗੇ ਕੋਪਰੇਟ ਕਰਨਾ ਚਾਹੀਦਾ ਪਲੈਨਿੰਗ ਇਨਵੈਸਟਿੰਗ ਐਡਮਿਨਿਸਟ੍ਰੇਸ਼ਨ ਐਕਟੀਵਿਟੀ ਆਫ ਗਵਰਨਮੈਂਟ ਜਿਹੜੇ ਵੀ ਗੌਰਮੈਂਟ ਦੀ ਐਕਟੀਵਿਟੀਜ਼ ਨੇ ਉਹਨਾਂ ਦੇ ਉੱਤੇ ਕੀ ਕਰਨਾ ਚਾਹੀਦਾ ਕੋਪਰੇਟ ਕਰਨਾ ਚਾਹੀਦਾ ਇਹ ਬਿਜ਼ਨਸਮੈਨ ਦੀ ਪ੍ਰਤੀ ਬਿਜ਼ਨਸਮੈਨ ਇਹਨਾਂ ਪ੍ਰਤੀ ਜ਼ਿੰਮੇਦਾਰ ਹੁੰਦਾ ਗੌਰਮੈਂਟ ਪ੍ਰਤੀ ਅੱਗੇ ਆਉਂਦਾ ਰਿਸਪੋਂਸੀਬਿਲਟੀ ਟੂਵਰਡਸ ਕਮਿਊਨਿਟੀ
ਕਮਿਊਨਿਟੀ ਪ੍ਰਤੀ ਕੀ ਰਿਸਪੋਂਸੀਬਿਲਟੀ ਹੈ ਅੱਗੇ ਜਿਹੜੇ ਆਪਣੇ ਕਮਿਊਨਿਟੀ ਹੋ ਗਈਆਂ ਜਿਵੇਂ ਆਪਣਾ ਸਮਾਜ ਹੋ ਗਿਆ ਆਪਾਂ ਨੂੰ ਇਨਵਾਇਰਮੈਂਟ ਪ੍ਰੋਟੈਕਟ ਕਰਨਾ ਚਾਹੀਦਾ ਪੋਲਿਊਸ਼ਨ ਤੋਂ ਆਪਣਾ ਐਵੇਂ ਨਹੀਂ ਹੋਣਾ ਚਾਹੀਦਾ ਜਿਹੜਾ ਆਪਾਂ ਬਿਜ਼ਨਸ ਕਰ ਰਹੇ ਉਹਦੇ ਨਾਲ ਬਹੁਤ ਜ਼ਿਆਦਾ ਪੋਲਿਊਸ਼ਨ ਹੋ ਰਿਹਾ ਜਿਹਦੇ ਨਾਲ ਸਮਾਜ ਨੂੰ ਨੁਕਸਾਨ ਹੋ ਰਿਹਾ ਵੱਧ ਤੋਂ ਵੱਧ ਆਪਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਕੰਜ਼ੂਮ ਜਿਹੜੇ ਵੀ ਸਮਾਜ ਨੂੰ ਠੀਕ ਹੈ ਆਪਣੀ ਨੈਸ਼ਨਲ ਇੰਟੀਗ੍ਰੇਸ਼ਨ ਪ੍ਰਮੋਟ ਕਰਨੀ ਚਾਹੀਦੀ ਆ ਨੈਸ਼ਨਲ ਜਿਹੜੀ ਇੰਟੀਗ੍ਰੇਸ਼ਨ ਹੈ ਆਪਣੇ ਦੇਸ਼ ਦੇ ਪ੍ਰਤੀ ਇੰਟੀਗ੍ਰੇਸ਼ਨ ਪ੍ਰਮੋਟ ਕਰਨਾ ਚਾਹੀਦਾ ਆਪਾਂ ਨੂੰ ਬਿਜ਼ਨਸ ਦੇ ਵਿੱਚ ਆਪਣੇ ਏਰੀਆ ਵਾਟਰ ਡਰਿੰਕ ਵਾਟਰ ਇਲੈਕਟ੍ਰੀਸਿਟੀ ਡਿਸਪੈਂਸਰੀ ਵਗੈਰਾ ਇਹ ਕੀ ਆਪਾਂ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਮਤਲਬ ਲੋਕ ਇਹਦੀ ਸੁਵਿਧਾ ਲੈ ਸਕਣ ਵੀਕਰ ਸੈਕਸ਼ਨ ਸੋਸਾਇਟੀ ਦੀ ਜਿਹੜੇ ਵੀ ਬੈਕਵਰਡ ਵੀਕਰ ਸੈਕਸ਼ਨ ਦੇ ਲੋਕ ਹੁੰਦੇ ਨੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਪ੍ਰੋਵਾਈਡਿੰਗ ਇਕਨੋਮਿਕ ਸਟੇਬਿਲਿਟੀ ਹੋਣੀ ਚਾਹੀਦੀ ਹੈ ਪ੍ਰਜ਼ਰਵ ਸੋਸ਼ਲ ਐਂਡ ਕਲਚਰ ਵੈਲਿਊ ਸੋਸ਼ਲ ਅਤੇ ਕਲਚਰ ਵੈਲਿਊਜ਼ ਦੇ ਪ੍ਰਤੀ ਆਪਾਂ ਨੂੰ ਜ਼ਿੰਮੇਦਾਰ ਰਹਿਣਾ ਚਾਹੀਦਾ ਸਮਾਜ ਦੇ ਪ੍ਰਤੀ ਇਹ ਚੀਜ਼ਾਂ ਆ ਜਾਂਦੀਆਂ ਨੇ ਅਗਿਆਨ ਦਾ ਆਪਣੀ ਜਿਹੜਾ ਆਪਾਂ ਨੂੰ ਗੁੱਡਜ਼ ਸਪਲਾਈ ਕਰਦਾ ਆਪਣੇ ਬਿਜ਼ਨਸ 'ਚ ਸਪਲਾਈ ਕਰਦਾ ਸਪਲਾਇਰ ਬੋਲਦੇ ਆ ਉਹਨੂੰ ਜਿਵੇਂ ਕੋਈ ਆਪਣਾ ਕੰਸਟਰਕਸ਼ਨ ਦਾ ਕੰਮ ਹੈ ਆਪਾਂ ਨੂੰ ਮਿੱਟੀ ਹੋ ਗਿਆ ਬਜਰੀ ਹੋ ਗਿਆ ਸੀਮੈਂਟ ਹੋ ਗਿਆ ਆਪਾਂ ਨੂੰ ਸਪਲਾਈ ਕਰਦਾ ਆਪਾਂ ਨੂੰ ਮਾਲ ਪਹੁੰਚਾਉਂਦਾ ਤਾਂ ਉਹ ਸਪਲਾਇਰ ਹੁੰਦਾ ਉਹਦੇ ਪ੍ਰਤੀ ਬਿਜ਼ਨਸਮੈਨ ਦੀ ਕੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਫੇਅਰ ਡੀਲਿੰਗ ਕਰਨੀ ਚਾਹੀਦੀ ਹੈ ਉਹਨਾਂ ਦੇ ਰੈਗੂਲਰ ਪੇਮੈਂਟ ਉਹ ਸਪਲਾਇਰ ਦੀ ਕਰਨੀ ਚਾਹੀਦੀ ਹੈ ਅਤੇ ਪ੍ਰੋਟੈਕਟ ਕਰਨਾ ਚਾਹੀਦਾ ਸਮਾਲ ਸਕੇਲ ਸਪਲਾਇਰ ਨੂੰ ਜਿਹੜਾ ਸਮਾਲ ਸਕੇਲ ਸਪਲਾਇਰ ਹੁੰਦੇ ਨੇ ਛੋਟੇ ਛੋਟੇ ਸਪਲਾਇਰ ਹੁੰਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਚਾਹੀਦਾ ਸਪਲਾਇਰ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਸਪਲਾਇਰ ਨੂੰ ਕਿ ਉਹ ਆਪਣੀ ਕੁਆਲਿਟੀ ਕੀ ਹੋਵੇ ਵਧੀਆ ਰੱਖੇ ਠੀਕ ਹੈ ਉਹ 'ਚ ਮਿਲਾਵਟੀ ਸਿਸਟਮ ਨਾ ਹੋਵੇ ਤਾਂ ਇਹ ਪੁਆਇੰਟ ਇਹਦੇ ਅੰਦਰ ਆ ਜਾਂਦਾ ਸਟੂਡੈਂਟਸ ਦੇਖੋ ਨੈਕਸਟ ਪੇਜ 'ਤੇ ਆਹ ਤੁਹਾਡੀ ਕੇਸ ਸਟੱਡੀ ਹੈ ਤਾਂ ਕੇਸ ਸਟੱਡੀ ਦੇ ਪ੍ਰਤੀ ਇਹ ਤੁਹਾਡੇ ਆਨਸਰ ਨੇਗੇ ਤਾਂ ਇਹ ਤੁਸੀਂ ਆਪ ਪੜ੍ਹਨਾ ਪੜ੍ਹ ਕੇ ਦੇਖਣਾ ਕਿ ਕਿਹੜੀ ਲਾਈਨ ਕਿਹੜੇ ਪੁਆਇੰਟ ਨੂੰ 5 ਪੁਆਇੰਟ 'ਚ ਕਿਹੜੇ ਪੁਆਇੰਟ ਨੂੰ ਮੈਂਸ਼ਨ ਕਰ ਰਹੀ ਹੈ ਤਾਂ ਉਹ ਲਾਈਨ ਦੇ ਪ੍ਰਤੀ ਇਹ ਦੱਸਣਾ ਠੀਕ ਹੈ ਤਾਂ ਤੁਹਾਡਾ ਹੋਮਵਰਕ ਹੈ ਇਸ ਤੋਂ ਬਾਅਦ ਇੱਕ ਟੋਪਿਕ ਹੀ ਬੱਚਿਆ ਬਿਜ਼ਨਸ ਐਂਡ ਇਨਵਾਇਰਮੈਂਟ ਪ੍ਰੋਟੈਕਸ਼ਨ ਠੀਕ ਹੈ ਅਤੇ ਫਿਰ ਉਸ ਤੋਂ ਬਾਅਦ ਬਿਜ਼ਨਸ ਐਥਿਕਸ ਵਾਲਾ ਟੋਪਿਕ ਤੁਹਾਨੂੰ 2021 ਦੇ ਅਕੋਰਡਿੰਗ ਕੱਟ ਦਿੱਤਾ ਗਿਆ ਸਿਲੇਬਸ 'ਚ ਠੀਕ ਹੈ ਤਾਂ ਇਸ ਲਈ ਆਹ ਵਾਲਾ ਟੋਪਿਕ ਆਪਣਾ ਲਾਸਟ ਵਾਸਤੇ ਆਪਾਂ ਨੈਕਸਟ ਕਲਾਸ ਕਰਾਂਗੇ ਆਪਣਾ ਖਿਆਲ ਰੱਖੋ ਸੁਰੱਖਿਅਤ ਰਹੋ ਜੈ ਹਿੰਦ।